ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਨਾਮਧਾਰੀ ਮੀਡੀਆ ਇੰਡੀਆ 'ਤੇ। ਅੱਜ ਸਾਨੂੰ ਇਹ ਬੂਟਾ ਸਿੰਘ ਜੀ ਨੇ ਵੀਡੀਓ ਭੇਜੀ ਹੈ, ਜਿਹੜੀ ਕਿ ਸਤਿਗੁਰੂ ਰਾਮ ਸਿੰਘ ਜੀ ਦੇ ਜਿਹੜੇ ਸੂਬੇ ਸੀ ਉਹ ਸੂਬਿਆਂ 'ਚੋਂ ਸੰਤ ਬਾਬਾ ਮਲੂਕ ਸਿੰਘ ਜੀ ਦੇ ਨਾਂ ਤੋਂ, ਅਤੇ ਉਸ ਗੁਰਦੁਆਰੇ ਬਾਰੇ ਇਹ ਸੰਤ ਜੀ ਦੱਸ ਰਹੇ ਨੇ। ਆਈਓ ਸੁਣੀਏ। ਸਾਜੀ ਨਿਵਾਜੀ ਸਾਧ ਸੰਗ ਜੀਓ, ਇਹ ਗੁਰਦੁਆਰਾ ਸੰਤ ਬਾਬਾ ਮਲੂਕ ਸਿੰਘ ਜੀ, ਸ੍ਰੀ ਸਤਿਗੁਰੂ ਰਾਮ ਸਿੰਘ ਨੇ ਆਪਣੀ ਨਜ਼ਰਬੰਦੀ ਦੇ ਸਮੇਂ ਤੋਂ ਪਹਿਲਾਂ ਪੰਜ ਸੂਬਿਆਂ ਤੋਂ ਬਾਅਦ 1865-66 ਪਹਿਲੇ ਸੂਬਿਆਂ 10 ਸੂਬਿਆਂ ਦੇ ਵਿੱਚੋਂ ਸੰਤ ਬਾਬਾ ਮਲੂਕ ਸਿੰਘ ਜੀ ਹੋਏ ਹਨ। ਇਹਨਾਂ ਦੀ ਜ਼ਿੰਮੇਵਾਰੀ ਮੁਕਤਸਰ ਫਾਜ਼ਿਲਕਾ ਫਿਰੋਜ਼ਪੁਰ ਜ਼ਿਲ੍ਹੇ ਦੀ ਸੀ ਅਤੇ ਇਹਨਾਂ ਦੀ ਡਿਊਟੀ ਧਰਮ ਪ੍ਰਚਾਰ, ਰਾਜਸੀ ਮਨੋਰਥ ਅਤੇ ਲੋਕਾਂ ਦੀ ਲਾਮਬੰਦੀ ਸੀ ਅਤੇ ਪੁਲਿਸ ਰਿਕਾਰਡ ਦੇ ਵਿੱਚ ਇਹ ਦਰਜ ਹੈ ਕਿ 20 ਮਾਰਚ 1872 ਨੂੰ ਮਲੂਕ ਸਿੰਘ ਪੁੱਤਰ ਸੁੱਖਾ ਸਿੰਘ, ਕਿੱਤਾ ਖੇਤੀਬਾੜੀ, ਪਿੰਡ ਫੂਲਿਆ, ਥਾਣਾ ਮੁਕਤਸਰ, ਜ਼ਿਲ੍ਹਾ ਫਿਰੋਜ਼ਪੁਰ, 40 ਸਾਲਾਂ ਤੋਂ ਫੂਲੇਵਾਲਾ ਪਿੰਡ ਰਹਿੰਦਾ ਹੈ ਪਰ ਜਨਮ ਇਹਨਾਂ ਦਾ ਪਿਛਲਾ ਪਿੰਡ ਅਬਲੂ, ਰਿਆਸਤ ਫਰੀਦਕੋਟ ਸੀ ਅਤੇ ਸਰਕਾਰੀ ਰਿਕਾਰਡ ਦੇ ਵਿੱਚ ਆਉਂਦਾ ਹੈ ਕਿ ਉਹ ਪਰਿਵਾਰ ਵਾਲਾ ਹੈ, ਘਰਬਾਰ ਦੀਆਂ ਵਸਤਾਂ ਅਤੇ ਮਾਲ ਡੰਗਰ ਵੀ ਰੱਖਦਾ ਹੈ ਅਤੇ ਕੁਝ ਮਹੀਨੇ ਪਹਿਲਾਂ ਆਪਣੇ ਸਤਿਗੁਰੂ ਸਣੇ ਰੋਪੜ ਵਾਲੀ ਨਹਿਰ 'ਤੇ ਪੁੱਜ ਗਿਆ ਅਤੇ ਆਪਣੀ ਜ਼ਮੀਨ ਆਪਣੇ ਭਰਾਵਾਂ ਸਲੂਕ ਸਿੰਘ, ਭੂਪ ਸਿੰਘ ਅਤੇ ਸ਼ੇਰ ਸਿੰਘ ਨੂੰ ਦੇ ਦਿੱਤਾ। ਰਿਕਾਰਡ ਦੇ ਵਿੱਚ, ਸਰਕਾਰੀ ਰਿਕਾਰਡ ਦੇ ਵਿੱਚ ਇਹ ਵੀ ਹੈ ਬਈ ਸੰਤ ਬਾਬਾ ਮਲੂਕ ਸਿੰਘ ਜੀ ਭਵਿੱਖ ਦੇ ਵਾਕ ਵੀ ਦੱਸਦਾ ਹੈ ਅਤੇ ਉਹ ਆਪ ਨਹੀਂ ਸੀ ਕੂਕੇ ਬਣਾਉਂਦਾ ਅਤੇ ਉਹ ਲੋਕਾਂ ਨੂੰ ਇਕੱਠੇ ਕਰਦਾ ਸੀ ਅਤੇ ਸ੍ਰੀ ਭੈਣੀ ਸਾਹਿਬ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਕੋਲ ਸਿੱਖਾਂ ਨੂੰ ਲਿਆਉਂਦਾ ਸੀ ਅਤੇ ਉੱਥੋਂ ਹੀ ਅੰਮ੍ਰਿਤ ਦੀ ਦਾਤ ਦੇ ਕੇ ਨਾਮਧਾਰੀ ਬਣਾਉਂਦਾ ਸੀ ਅਤੇ ਪੁਲਿਸ ਰਿਕਾਰਡ ਦੇ ਵਿੱਚ ਉਹਨਾਂ ਦਾ ਨਾਮ ਭੈੜੇ ਬੰਦਿਆਂ ਦੇ ਵਿੱਚ ਦਰਜ ਨਹੀਂ ਸੀ। ਇਸ ਗੱਲ ਦੀ ਗਵਾਹੀ ਨੰਬਰਦਾਰ ਸੁਜਾਨ ਸਿੰਘ, ਖਜਾਨ ਸਿੰਘ ਆਦਿ ਵੀ ਦਿੰਦੇ ਹਨ ਅਤੇ ਸਤਿਗੁਰੂ ਰਾਮ ਸਿੰਘ ਜੀ ਦੇ ਬਹੁਤ ਵੱਡੇ ਵਿਸ਼ਵਾਸ ਪਾਤਰਾਂ ਦੇ ਵਿੱਚੋਂ ਸਨ ਅਤੇ ਸਤਿਗੁਰੂ ਰਾਮ ਸਿੰਘ ਜੀ ਨੇ ਇਹਨਾਂ ਨੂੰ 1865 ਦੇ ਵਿੱਚ ਕੂਕਾ ਬਣਾਇਆ ਅਤੇ 2 ਸਾਲਾਂ ਬਾਅਦ ਇਹਨਾਂ ਨੂੰ ਸੂਬਾ ਬਣਾ ਦਿੱਤਾ ਅਤੇ ਇਹਨਾਂ ਨੇ ਇਲਾਕੇ ਦੇ ਵਿੱਚ ਧਰਮ ਪ੍ਰਚਾਰ ਕੀਤਾ। ਨਾਮਧਾਰੀ ਪੰਥ ਵਾਸਤੇ ਬਹੁਤ ਹੀ ਕੁਰਬਾਨੀ ਭਰਿਆ ਜੀਵਨ ਬਤੀਤ ਕੀਤਾ ਅਤੇ ਇਹਨਾਂ ਨੂੰ ਕਾਲੇ ਪਾਣੀਆਂ ਦੇ ਵਿੱਚ 2 ਸਾਲ ਦੀ ਸਜ਼ਾ ਸੀ ਪਰ ਕਾਲੇ ਪਾਣੀਆਂ ਦੇ ਵਿੱਚ ਇਹਨਾਂ ਨੇ 15 ਸਾਲ ਅਤੇ 11 ਮਹੀਨੇ ਕੈਦ ਕੱਟੀ ਅਤੇ ਉਸ ਤੋਂ ਬਾਅਦ ਇਹਨਾਂ ਦੇ ਨਾਲ ਦੇ 2 ਸੂਬੇ ਸਨ ਉਹ ਜੇਲ੍ਹ ਦੇ ਵਿੱਚ ਹੀ ਸ਼ਹੀਦ ਹੋ ਗਏ ਸਨ ਪਰੰਤੂ ਇਹਨਾਂ ਨੂੰ ਤਕਰੀਬਨ 16 ਸਾਲਾਂ ਬਾਅਦ ਜਦੋਂ ਰੇਲ ਗੱਡੀ ਚੜ੍ਹਾ ਕੇ ਫਿਰੋਜ਼ਪੁਰ ਭੇਜਿਆ ਤਾਂ ਪਿੰਡ ਦੇ ਲੋਕਾਂ ਨੇ ਇਹਨਾਂ ਨੂੰ ਹਾਰ ਅਤੇ ਫੁੱਲਾਂ ਦੇ ਹਾਰ ਪਾ ਕੇ ਇਸ ਜਗ੍ਹਾ 'ਤੇ ਲਿਆਂਦਾ। ਇਸ ਜਗ੍ਹਾ 'ਤੇ ਪਹਿਲਾਂ ਬਿਲਕੁਲ ਉਜਾੜ ਥਾਂ ਸੀ, ਕਲਰ ਸੀ, ਇੱਕ ਨਿੱਕੀ ਛਪੜੀ ਸੀ ਅਤੇ ਇਹਨਾਂ ਦਾ ਨਿੱਤ ਕਰਮ ਸੀ ਇੱਥੇ ਤਪ ਕਰਦੇ, ਭੋਰਾ ਬਣਾ ਕੇ ਅਤੇ ਹੌਲੀ ਹੌਲੀ ਮਹਿਮਾ ਫੈਲ ਗਈ। ਇੱਕ ਵਾਰੀ ਨਗਰ ਨਿਵਾਸੀ ਦੱਸਦੇ ਹਨ ਕਿ ਪਿੰਡਿਆਂ ਨੂੰ ਪਤਾ ਲੱਗਿਆ ਕਿ ਇੱਥੇ ਸਾਧ ਸੰਤ ਆਏ ਹਨ, ਸੂਬਾ ਜੀ ਆਏ ਹਨ ਅਤੇ ਉਹ ਇਹਨਾਂ ਵਾਸਤੇ ਪ੍ਰਸ਼ਾਦਾ ਲੈ ਕੇ ਆਏ ਤਾਂ ਕੀ ਦੇਖਦੇ ਹਨ, ਇਹਨਾਂ ਦਾ ਪ੍ਰਸ਼ਾਦਾ ਕਹਿੰਦੇ ਅਸਮਾਨ ਦੇ ਵਿੱਚੋਂ ਹੀ ਆਉਂਦਾ ਸੀ ਅਤੇ ਇਹਨਾਂ ਦੀ ਮਹਿਮਾ ਦੂਰ ਦੂਰ ਤੱਕ ਫੈਲ ਗਈ। ਇਹ ਗੁਰਦੁਆਰਾ ਛੱਡ ਕੇ, ਇਲਾਕਾ ਛੱਡ ਕੇ ਪਿੰਡ ਦੇ ਵਿੱਚ ਨਹੀਂ ਸੀ ਜਾਂਦੇ, ਕਿਸੇ ਦੀ ਖੁਸ਼ੀ ਕਿਵੇਂ 'ਤੇ ਨਹੀਂ ਜਾਂਦੇ, ਪਰੰਤੂ ਜਦੋਂ ਕਿਸੇ ਦੀ ਕੋਈ ਮੌਤ ਆਉਂਦੀ ਸਿਵਿਆਂ ਦੇ ਵਿੱਚ, ਖੇਤਾਂ ਵਿੱਚ ਨਹੀਂ ਜ਼ਰੂਰ ਜਾਂਦੇ ਅਤੇ ਇਸ ਸਥਾਨ ਦੇ ਉੱਤੇ ਇਹਨਾਂ ਨੇ ਬਹੁਤ ਜਿਹੜੇ ਸੀ ਦ੍ਰਿਸ਼ਟਾਂਤ ਦਿਖਾਏ, ਕਈ ਲੋਕਾਂ ਨੂੰ ਸਿੱਧੇ ਰਸਤੇ ਪਾਇਆ ਅਤੇ ਅੱਜ ਵੀ ਜੋ ਇਸ ਸਥਾਨ ਦੇ ਉੱਤੇ ਕੋਈ ਸੁੱਖ ਸੁੱਖਦਾ ਹੈ ਉਹ ਪੂਰੀ ਹੋ ਜਾਂਦੀ ਹੈ। ਇਸ ਸਥਾਨ ਦੇ ਉੱਤੇ ਹਰੇਕ ਮਹੀਨੇ ਦੀ ਮੱਸਿਆ ਲੱਗਦੀ ਹੈ ਅਤੇ
दो मेले, दस हाड़, एक हाड़ और दस माघ में दो मेले लगते हैं। इस स्थान के उत्ते धन धन सतगुरु हरि सिंह जी, धन धन श्री सतगुरु प्रताप सिंह, धन धन श्री सतगुरु जगजीत सिंह जी, धन धन श्री सतगुरु उदय सिंह जी अपनी कृपा के नाल इत्थे मेला हुंदा है। इत्थे दर्शन दिते हैं भागां वाली धरती के उत्ते, दूरों दूरों संगतां आउंदियां हन। इस स्थान के उत्ते इलाके दे विच्चों दुध चढ़ता है। जदों किसी का कोई डंगर वसु जां गां मझ वगैरह सूंदी है तां दुध पहलां इत्थे चढ़ा के जांदे हन। एक वारी सतगुरु राम सिंह जी ने सच्चे माह संतां नूं कहा, बई संत जी तुसीं साढ़े चरनी हाथ ना लाया करो, तुसीं तां बहुत वड्डे संत हन। तां संत बाबा मलूक सिंह जी कहण लगे कि सतगुरु राम सिंह जी तुसीं मैनूं सिख बनाउण वाले हो, तुसीं मैनूं संत बनाउण वाले हो, अते तुहाडे इत्थे चरण दे विच आउण दी खातर ही मैं इत्थे नहर दे उत्ते आया हाँ, भैणी साहब आया हाँ। अते कुछ समां सतगुरु राम सिंह जी ने भैणी साहब तबेले की सेवा इन्हां नूं बख्शी, लंगर की सेवा इन्हां नूं बख्शी। सो इहो जिहे संत हन संत बाबा मलूक सिंह ने, बड़ा वड्डा इतिहास आ, बड़े बड़े लोगों इन्हां ने बख्शियां करियां। एक बारी इत्थे राजे सिखां दे घर रहिण 20-25 फूलिया दे विच ही उन्हां दे कतल दा केस पै गया झूठा। तां रात नूं दर्शन दे के सतगुरु राम सिंह दे नाल सीगे अते उन्हां नूं कह दिता, भाई थोड़े दे केस झूठा पिया, तुसीं बरी हो जाओगे। तड़के नूं इह बरी हो गए। वह सारे परिवार इत्थे आउंदे हन, सेवा करदे हन। सो एक बारी एक सिख ने कहा, कोई लंघिया जांदा सी बार दे विच्चों अते गड्डा लैके जा रहा सी, कहिंदा कूकिया जे तेरे च बाहली शक्ति है, मेरा गड्डा पलटा के दिखा। गेट दे अगे जाके गड्डा पलट गया, परंतु जिहड़ा बलद नूं चोट नहीं सी आई, वह फिर आके अंदर आके माफ़ी मांग के गया। इत्थों दो किल्यां दी दूरी दे उत्ते कस्सी वगदी है पानी वाली, उत्थे किसी ने सतगुरु की साजी नवाजी साह संघ जीओ, सतगुरु राम सिंह जी की कृपा के नाल, सतगुरु उदय सिंह जी की कृपा के नाल, संत बाबा मलूक की कृपा के नाल, जो पिछले समय तो जप प्रयोग चल रहे थे उन्हां दी समाप्ति करी गई है। ये सारी सतगुरु उदय सिंह जी की कृपा है, संत बाबा मलूक सिंह की कृपा है। ये संत बाबा मलूक सिंह जी सतगुरु राम सिंह जी के पहले 10 सूबिआं दे विच्चों इक होए ने। संत बाबा मलूक सिंह जी जिन्हां नूं काले पाणियां दी सज़ा होई, 15-15 साल काले पाणियां च रहे, उस तों बाद इत्थे फूलियाले आए। इस गुरद्वारा इत्थे बहुत शानदार गुरद्वारा बनिया है, इत्थे बहुत वड्डियां वड्डियां सुखां पूरियां हुंदियां हन, बड़ी संगत आउंदी है, बड़ी संतां दी महिमा है। सो इदां कहिंदे होए मैं सारी संगत नूं बेनती करदा, देसां विदेसां दे विच उह संत बाबा मलूक सिंह जी जिन्हां ने सतगुरु राम सिंह दी लहर दे विच जुड़ के नामधारी पंथ दे विच सूबे दी पदवी ते पहुंचे, उस तों बाद देश दी खातर जेलां कट्टियां। मैं दास बूटा सिंह महंत जो सतगुरु वल्लों थापे गए हन, ये सारी कृपा सतगुरु जी की है, संत बाबा मलूक सिंह की है। सारिया जिन्नियां भी संगतां आईयां जां नगर निवासियों का कोट कोट धन्नवाद। जिन्ने चिर प्रयोग चले हन उन्हां चिर शहीदी देगां कड़ाह प्रसादियां देगां ते लंगर अटुट वरत्या है। सो सारी संगत का, सारे नगर निवासियों का बहुत बहुत धन्नवाद। सतगुरु उदय सिंह जी अगे फिर बेनती है संत बाबा मलूक सिंह जी भी साडियां संगतां दे साडे गुरद्वारा साहब से हमेशा ही वेरा भरे हथ रखन, ਅਤੇ ਜਿਵੇਂ ਲੋਕਾਂ ਦੀਆਂ ਆਸਾਂ ਪੂਰੀਆਂ ਹਨ ਉਹ ਸਾਰੇ ਕਥੇ ਤੇ ਕਹਿਣੀ ਤੋਂ ਬਾਹਰ ਆ। ਬੜੀ ਮਹਿਮਾ ਸੰਤਾਂ ਦੀ, ਸੰਤ ਬਾਬਾ ਮਲੂਕ ਸਿੰਘ ਇਹ ਸਥਾਨ ਮੁਕਤਸਰ ਦੇ ਕੋਲੇ ਫੁੱਲੇ ਵਾਲਾ ਪਿੰਡ ਪਾਣੇ ਦੇ ਨਾਲ ਹੈ। ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਦੀ ਕਿਰਪਾ ਹੋਈ ਹੈ, ਸਭ ਤੋਂ ਪਹਿਲਾਂ ਫਤਿਹ ਬੁਲਾਓ ਸਤਿਗੁਰੂ ਮਹਾਰਾਜ, ਕਿਰਪਾ ਕਰਨ ਸਾਰੀ ਸੰਗਤ ਤੇ। ਵਾਹਿਗੁਰੂ ਜੀ ਕਾ ਖਾਲਸਾ। ਸਾਰੀ ਦੇਣ ਪ੍ਰਯੋਗਾਂ ਦੀ ਜੋ ਸਾਨੂੰ ਨਾਮ ਸਿਮਰਨਾ ਯੋਗ ਹੈ,
ਇਹ ਸਾਰੀ ਦੇਣ ਅਸੀਂ ਬਾਬਾ ਬੂਟਾ ਸਿੰਘ ਜੀ ਦਾ ਧੰਨਵਾਦ ਕਰਦੇ ਹਾਂ ਬਹੁਤ ਬਹੁਤ, ਕਿਉਂਕਿ ਉਹਨਾਂ ਦੀ ਦੇਣ ਆ ਅਸੀਂ ਇੱਕ ਕਲਯੁਗੀ ਪਾਪੀ ਜੀਵ ਹਾਂ। ਇਸ ਬਾਰੇ ਸਾਨੂੰ ਕੋਈ ਸਮਝ ਨਹੀਂ ਸੀ, ਨਾ ਹੀ ਅਸੀਂ ਕਦੇ ਕੀਤਾ ਸੀ ਤੇ ਨਾ ਹੀ ਅਸੀਂ ਇਸ ਪਾਸੇ ਜੁੜੇ ਸੀ। ਜਦੋਂ ਦੇ ਬਾਬਾ ਬੂਟਾ ਸਿੰਘ ਜੀ ਆਏ ਆ ਸਾਨੂੰ ਨਾਮ ਸਿਮਰਨ ਨਾਲ ਜੋੜਿਆ, ਸਾਨੂੰ ਭੈਣੀ ਸਾਹਿਬ ਜਾਂਦੇ ਇਤਿਹਾਸ ਜੋੜਿਆ, ਸਾਨੂੰ ਬਾਬਾ ਮਲੂਕ ਸਿੰਘ ਜੀ ਬਾਰੇ ਜਾਣੂ ਕਰਵਾਇਆ, ਬਾਬਾ ਰਾਮ ਸਿੰਘ ਜੀ ਬਾਰੇ। ਪਹਿਲਾਂ ਅਸੀਂ ਵੀ ਕੁਛ ਨਹੀਂ ਸੀ ਜਾਣਦੇ, ਇੱਕ ਸਿਰਫ ਆਉਣਾ ਆ ਕੇ ਜਗ੍ਹਾ ਤੇ ਮੱਥਾ ਟੇਕਣਾ ਟੇਕ ਕੇ ਮੁੜ ਜਾਂਦੇ ਸੀ। ਇਸ ਬਾਰੇ ਇਤਿਹਾਸ ਅਸੀਂ ਬਹੁਤ ਬਹੁਤ ਸ਼ੁਕਰਾਨਾ ਕਰਦੇ ਹਾਂ ਬਾਬਾ ਬੂਟਾ ਸਿੰਘ ਜੀ ਦਾ, ਜਿਹੜਾ ਸਾਨੂੰ ਇਸ ਪਾਸੇ ਜੋੜਿਆ, ਸੰਗਤ ਕਰਵਾਉਂਦੇ ਆ, ਲੈ ਕੇ ਜਾਂਦੇ, ਦਰਸ਼ਨ ਕਰਵਾਉਂਦੇ ਮਹਾਂਪੁਰਸ਼ਾਂ ਦੇ। ਸੰਤਾਂ ਬਾਰੇ ਤਾਂ ਸਾਨੂੰ ਬਿਲਕੁਲ ਹੀ ਨਹੀਂ ਸੀ ਪਤਾ, ਕਿਉਂਕਿ ਅਸੀਂ ਜੁੜੇ ਹੀ ਨਹੀਂ ਸੀ ਇਸ ਚੀਜ਼ ਨਾਲ। ਹੁਣ ਸਾਨੂੰ ਜੋੜਦੇ ਆ ਤੇ ਅਸੀਂ, ਸਾਡੇ ਕੋਲ ਸ਼ਬਦ ਨਹੀਂ ਕਿ ਇਹਨਾਂ ਦਾ ਧੰਨਵਾਦ ਕਿਵੇਂ ਕਰੀਏ। ਬਹੁਤ ਬਹੁਤ ਧੰਨਵਾਦ ਬਾਬਾ ਜੀ ਦਾ, ਬਹੁਤ ਨਾਮ ਸਿਮਰਨ ਨੂੰ ਜੋੜਿਆ, ਸਾਡਾ ਮਨ ਸ਼ਾਂਤ ਆ। ਅੱਗੇ ਸਾਰਾ ਦਿਨ ਕਲਪਨਾ ਚ ਹੀ ਰਹਿੰਦੇ ਸੀ, ਹੁਣ ਨਾਮ ਸਿਮਰਨ ਨਾਲ ਜੁੜਿਆ। ਐਸੀ ਔਰ ਵੀਡੀਓਜ਼ ਕੋ ਦੇਖਣੇ ਕੇ ਲੀਏ ਹਮਾਰੇ ਚੈਨਲ ਕੋ ਸਬਸਕ੍ਰਾਈਬ ਕੀਜੀਏ, ਵੀਡੀਓਜ਼ ਕੋ ਲਾਈਕ ਕੀਜੀਏ, ਸ਼ੇਅਰ ਕੀਜੀਏ। ਧੰਨਵਾਦ।